ਕਲੀਨ ਊਰਜਾ ਸਸਤੇ ਮੁੱਲ ਤੇ ਉਪਲਬਧ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਬਾਇਓਗੈਸ ਪਲਾਂਟ ਲਗਵਾਉਣ ਦੇ ਲਈ ਜਿੱਥੇ ਸਬਸਿਡੀ ਦਿੱਤੀ ਜਾ ਰਹੀ ਹੈ ਉੱਥੇ ਪਸ਼ੂ ਪਾਲਕ ਕਿਸਾਨ ਮਹਿਜ ਕੁਝ ਰੁਪਿਆਂ ਵਿੱਚ ਨਾ ਸਿਰਫ ਮੁਫਤ ਦੇ ਭਾਵਾਂ 'ਚ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਗੋਬਰ ਦਾ ਪ੍ਰਯੋਗ ਕਰ ਕਲੀਨ ਕੁਕਿੰਗ ਗੈਸ ਅਤੇ ਉੱਚ ਗੁਣਵੱਤਾ ਵਾਲੀ ਖਾਦ ਹਾਸਲ ਕਰ ਰਿਹਾ ਹੈ ਜਿਸ ਦੇ ਚੱਲਦੇ ਕਿਸਾਨਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬਚਤ ਹੋ ਰਹੀ ਹੈ। ਪੰਜਾਬ ਸਰਕਾਰ ਦਾ ਉਹ ਅਦਾਰਾ ਹੈ ਜਿਹੜਾ ਕਿ ਗੈਰ ਰਵਾਇਤੀ ਊਰਜਾ ਸਾਧਨਾਂ ਨੂੰ ਰਾਜ ਦੇ ਅੰਦਰ ਪ੍ਰੋਤਸਾਹਿਤ ਕਰ ਰਿਹਾ ਹੈ। ਸਭ ਤੋਂ ਜ਼ਿਆਦਾ ਜਿਹੜੀ ਸਾਡੀ ਸਕਸੈਸਫੁਲ ਸਕੀਮ ਹੈ ਉਹ ਸਾਡੀ ਹੈਗੀ ਗੋਬਰ ਗੈਸ ਪਲਾਂਟ, ਜੋ ਕਿ ਕੋਈ ਵੀ ਫਾਰਮਰ ਜਿਹੜਾ ਹੈਗਾ ਆਪਦੇ ਘਰ ਘਰੇਲੂ ਉਪਯੋਗ ਲਈ ਰਸੋਈ ਗੈਸ ਦੀ ਤਰ੍ਹਾਂ ਵਰਤ ਸਕਦਾ ਇਸਨੂੰ, ਇਸ ਦੀ ਗੈਸ ਨੂੰ। ਜਿਸ ਕਿਸਾਨ ਕੋਲ ਡੰਗਰ ਹੈਗੇ, 4 ਤੋਂ 5 ਡੰਗਰ ਹੈਗੇ, ਉਹ 4 ਤੋਂ ਲੈ ਕੇ 6 ਕਿਊਬਿਕ ਮੀਟਰ ਦਾ ਜਿਹੜਾ ਗੋਬਰ ਗੈਸ ਪਲਾਂਟ ਹੈਗਾ ਲਗਾ ਸਕਦਾ ਹੈ। ਇਹ ਗੋਬਰ ਗੈਸ ਲਗਾਉਣ ਤੋਂ ਉਪਰੰਤ ਉਸਨੂੰ ਕਲੀਨ ਕੁਕਿੰਗ ਗੈਸ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੀ ਸਾਨੂੰ ਸਲਰੀ ਜਿਹੜੀ ਸਾਡੇ ਕੋਲ ਉਪਲਬਧ ਹੁੰਦੀ ਹੈ ਇਸ ਪਲਾਂਟ ਤੋਂ, ਉਹ ਬਹੁਤ ਹੀ ਵਧੀਆ ਔਰਗੈਨਿਕ ਇੱਕ ਖਾਦ ਹੈ। ਅਸੀਂ ਗੈਸ ਪਲਾਂਟ ਜਿਹੜਾ ਗੋਬਰ ਗੈਸ ਹੈ ਨਾ, ਇਹਦੇ ਬਾਰੇ ਦੱਸ ਰਿਹਾ ਤੁਹਾਨੂੰ। ਹਾਂਜੀ, ਇਹ ਕਿਸਾਨ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ। ਇੱਕ ਤਾਂ ਸਾਡੇ ਗੋਬਰ ਜਿਹੜਾ ਗੋਹਾ ਹੈ ਉਹ ਇੱਕ ਜਗ੍ਹਾ ਜਮ੍ਹਾਂ ਹੋ ਜਾਂਦਾ ਅੰਡਰਗਰਾਊਂਡ, ਦੂਸਰਾ ਇਹਦੀ ਗੈਸ, ਜਿਹੜਾ ਛੋਟਾ ਪਰਿਵਾਰ ਹੈ ਉਹਨੂੰ ਤਾਂ ਬਿਲਕੁਲ ਗੈਸ ਵਾਸਤੇ ਬਾਹਰ ਜਾਣਾ ਹੀ ਨਹੀਂ ਪੈਂਦਾ। ਜਿਹੜਾ ਇਹ ਤਾਂ 10 ਫੁੱਟ ਤੋਂ ਲੈ ਕੇ ਜਿੰਨੀ ਵੀ ਜਗ੍ਹਾ ਹੈ, ਮਤਲਬ ਉਨੇ ਹਿਸਾਬ ਨਾਲ ਆਪਾਂ ਲੈ, ਬਾਕੀ ਗੌਰਮੈਂਟ ਇਹਦੇ ਵਾਸਤੇ ਸਬਸਿਡੀ ਬਹੁਤ ਦੇ ਰਹੀ ਹੈ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।